एक 60 साल दे व्यक्ति दा चाकू मार के कतल कीता गया। राह जांदे नूं लुटेरियां ने निशाना बनाया, स्कूटी खोहन दी कोशिश कीती, विरोध करन ते इस शख्स दे ढिड दे विच चाकू मारे गए। हस्पताल जांदे समय राह दे विच इस दी मौत हो गई। तां पुलिस दे वल्लों हालातां दा जायजा लिया गया और इस मामले दी हर पक्खों जांच पड़ताल शुरू कर दित्ती। मामला गुरदासपुर दे कादियां तों सामने आया। लुट दी नीयत नाल इस बुजुर्ग ते हमला कीता गया। स्कूटी ते सवार होके ए शख्स अपनी भैन दे कोल जा रहा सी तां रस्ते दे विच लुटेरियां दे वल्लों इस ते हमला कीता गया। इस दी स्कूटी खोहन दी कोशिश कीती गई। जद इस ने विरोध कीता तां लुटेरियां ने इस दे ढिड दे विच चाकू मारे। जदों घंटा लंघ गया तां इह घर वापस ना आया। तां परिवार दे वल्लों इस दी भाल शुरू कीती गई। ਤਾਂ ਪਤਾ ਲੱਗਾ ਕਿ ਲੁਟੇਰਿਆਂ ਦੇ ਵੱਲੋਂ ਇਸ 'ਤੇ ਹਮਲਾ ਕੀਤਾ ਗਿਆ, ਲੁੱਟ ਦੀ ਕੋਸ਼ਿਸ਼ ਕੀਤੀ ਗਈ। ਤਾਂ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ। ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਜੀ ਇੱਥੋਂ ਘਰੋਂ ਗਏ ਸੀ, ਸਕੂਟਰ ਲੈ ਗਏ। ਕਿੰਨੇ ਵਜੇ ਗਏ? 9 ਵਜੇ, 9:30 ਗਏ ਸੀਗੇ। ਹਾਂਜੀ, ਇੱਥੋਂ ਕਹਿੰਦੇ ਕਿ ਮੈਂ ਆਪਣੀ ਭੈਣ ਦੇ ਘਰ ਜਾਣਾ ਵਾ, ਤੇ ਫਿਰ ਮੈਂ ਘੰਟਾ ਕੇ ਇਹਨਾਂ ਨੂੰ ਡੀਕਿਆ ਕਿ ਘਰ ਨਹੀਂ ਇਹ ਆਏ। ਮੈਂ ਡੀਕ ਡਾਕੀ ਤੇ ਫਿਰ ਬੱਚੇ ਹੀ ਇੱਥੇ ਸਾਡੇ ਘਰ ਹੀ ਭੈਣ ਦੇ ਜਿਹੜੇ ਆਏ, ਜਿਹਨਾਂ ਦੀ ਸਕੂਟਰੀ ਲੈ ਕੇ ਗਏ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਫੋਨ ਕਰੋ ਉਹਨਾਂ ਨੂੰ ਤੇ ਆਪਣੇ ਮਾਮਾ ਜੀ ਨੂੰ ਫੋਨ ਕਰੋ, ਘਰ ਨਹੀਂ ਆਏ। ਆਪਣਾ ਮੋਬਾਈਲ ਘਰੇ ਹੀ ਛੱਡ ਗਏ ਸੀਗੇ, ਮੋਬਾਈਲ ਨਹੀਂ ਉਹਨਾਂ ਨੇ ਖੜਿਆ ਆਪਣਾ ਨਾਲ। ਉਹ ਬੱਚਿਆਂ ਕੋਲ ਮੈਂ ਫੋਨ ਕਰਾਇਆ ਤੇ ਫਿਰ ਉਹਨਾਂ ਨੂੰ ਪੁੱਛਿਆ ਵੀ ਮਾਸੀ ਜੀ ਵੀ ਮਾਮਾ ਜੀ ਇੱਧਰ ਆਇਆ। ਉਹਨਾਂ ਕਿਹਾ ਵੀ ਸਾਡੇ ਘਰ ਨਹੀਂ ਗਏ ਆਏ। ਫਿਰ ਮੈਂ ਆਪ ਗੱਲ ਕੀਤੀ ਆਪਣੀ ਦੀਦੀ ਨਣਾਨ ਦੇ ਨਾਲ, ਉਹ ਕਹਿੰਦੇ ਵੀ ਭਰਜਾਈ ਸਾਡੇ ਘਰ ਨਹੀਂ ਗਏ ਆਏ। ਤੇ ਮੈਂ ਫਿਰ ਉਸੇ ਵੇਲੇ ਇੱਧਰ ਭੱਜ ਨਾ ਠਾਨੂੰ ਪੈ ਗਈ, ਲੱਭਣ ਨਹੀਂ ਡੇ ਕਿੱਥੇ ਚਲ ਗਏ, ਮੋਬਾਈਲ ਇਹਨਾਂ ਦਾ ਘਰੇ ਪਿਆ ਸੀਗਾ। ਫਿਰ ਉਸੇ ਇਹਨਾਂ ਦੇ ਡੈਡੀ ਦੇ ਮੋਬਾਈਲ ਤੇ ਬੱਚਿਆਂ ਦੇ ਉਸੇ ਉੱਤੇ ਫੋਨ ਆਇਆ ਕਿ ਇਹ ਨੰਬਰ ਜਿਹੜਾ ਇਹ ਤੁਹਾਡਾ ਨੰਬਰ ਆ? ਹਾਂਜੀ। ਮੈਂ ਕਿਹਾ ਜੀ ਇਹ ਨੰਬਰ ਸਾਡਾ ਹੀ ਹੈ। ਕਹਿੰਦੇ ਜਿਹੜੇ ਇੱਥੇ ਬਾਪੂ ਆ ਉਹਨਾਂ ਨੂੰ ਕੋਈ ਚਾਕੂ ਮਾਰ ਗਿਆ। ਅਸੀਂ ਵਾਰ ਕਰਕੇ 3-4 ਵਾਰ ਕੀਤੇ ਉਹਨਾਂ ਦੇ ਪੇਟ ਦੇ ਵਿੱਚ, ਗਲੇ 'ਚ ਵੀ, ਪੇਟ 'ਚ ਵੀ, ਮੁੱਕੀਆਂ ਵੀ ਮਾਰੀਆਂ ਨੇ। ਲੁਟੇਰਿਆਂ ਨੂੰ ਫੜਿਆ ਜਾਏ। ਹਾਂਜੀ, ਫੜੇ ਜਾਣ ਇਹਨਾਂ ਦਾ ਤਾਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਹੈਗੇ, ਪਰ ਉਹ ਲੁਟੇਰੇ ਹੀ ਹੋਣਗੇ ਜੋ ਵੀ। ਸਰ ਸੁਣਤੇ ਇੱਥੋਂ ਮਤਲਬ ਘਰੋਂ ਗਏ ਬਾਹਰ ਨੂੰ, ਤਾਂ ਕਹਿੰਦੇ ਵੀ ਮੈਂ ਆਪਣੀ ਦੀਦੀ ਦੇ ਘਰ ਚੱਲਿਆ, ਪਰ ਉਹਨਾਂ ਦੇ ਘਰ ਗਏ ਨਹੀਂ ਹੈ। ਫਿਰ ਮਤਲਬ ਇੱਥੋਂ ਆ ਨਿਕਲੇ ਅਤੇ ਇਹ ਖਾਲੇ ਰੋਡ ਨੂੰ ਚੱਲ ਗਏ। ਉਹ ਰਸਤੇ ਵਿੱਚ ਹੀ ਕੋਈ ਇਹਨੂੰ ਬੰਦੇ ਸਕੂਟਰੀ ਖੋਣ ਪੈ ਗਏ, ਉਹ ਇਹ ਕਰਕੇ ਇਹਦੇ ਨਾਲ ਪਹਿਲਾਂ ਘੁੜੇ ਘਲੇ ਹੋਣਗੇ। ਜਿਸ ਤਰ੍ਹਾਂ ਵੀ ਇਹਦੇ ਕੋਲ ਸਕੂਟਰੀ ਖੋਲ੍ਹੇ, ਇਹਨੇ ਸਕੂਟਰੀ ਨਹੀਂ ਦਿੱਤੀ ਅਤੇ ਇਹਦੇ ਹੱਥ ਉੱਤੇ ਨੇ ਮਤਲਬ ਉਹਨਾਂ ਚਾਕੂ ਮਾਰਤੇ। ਇਹਦੇ ਵਿੱਚ ਕਿੰਨੀ ਉਮਰ ਸੀ ਉਹਨਾਂ ਦੀ? ਇਹਨਾਂ ਦੀ ਉਮਰ ਹੈ 60 ਸਾਲ ਦੀ। ਜਿਸ ਤਰ੍ਹਾਂ ਲੁੱਟਾ ਖੋਹ ਹੋ ਰਹੀਆਂ, ਕੀ ਪ੍ਰਸ਼ਾਸਨ ਨੂੰ ਮੰਗ ਕਰਦੇ? ਇਹੋ ਹੀ ਹੈ ਕਿ ਅੱਜ ਕੱਲ੍ਹ ਬਹੁਤ ਲੁੱਟਾ ਖੋਹ ਵਾਲੇ ਬੰਦੇ ਬਹੁਤ ਜ਼ਿਆਦਾ ਹੋ ਚੁੱਕੇ ਆ, ਅਤੇ ਇਹਨਾਂ ਦੀ ਤਾਂ ਇਹੋ ਹੀ ਹੈ ਵੀ ਇਹਨਾਂ ਦਾ ਜੇਕਰ ਕਿਸ ਤਰ੍ਹਾਂ ਵੀ ਪਤਾ ਲੱਗੇ ਅਤੇ ਇਹਨਾਂ ਨੂੰ ਉਹਦੀ ਸਜ਼ਾ ਦਿੱਤੀ ਜਾਵੇ। ਰੇਲਵੇ ਲਾਈਨ ਕ੍ਰੋਸ ਕਰਕੇ ਨਾ ਥੋੜ੍ਹੀ ਅੱਗੇ ਜਾ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ, ਉੱਥੇ ਕਿਸੇ ਨੂੰ ਇੰਜਰਡ ਕਰਤਾ ਵਾ, ਅਤੇ ਉਹਦੇ ਗਾੜੀ ਅਸੀਂ 187 ਨੰਬਰ ਐਫਆਈਆਰ ਦਰਜ ਕੀਤੀ ਹੈ। ਬਾਕੀ ਉਹ 30 ਚੱਲ ਰਹੀ ਹੈ। ਕਿਹੜੀ ਚੀਜ਼ ਦਾ ਹਮਲਾ ਹੈ? ਉਹ ਤਾਂ ਇਹਦੇ ਉਹਦੀ ਆਊਗਾ ਰਿਪੋਰਟ 'ਚ, ਜੋ ਵੀ ਪੋਸਟਮਾਰਟਮ ਰਿਪੋਰਟ 'ਚ ਆਊਗਾ ਨਾ, ਉਹ ਤੇਜ਼ ਧਾਰ ਹਥਿਆਰ ਲੱਗਦਾ, ਬਾਕੀ ਜੋ ਰਿਪੋਰਟ 'ਚ ਆਏਗਾ ਉਹਦੇ ਆਧਾਰ 'ਤੇ। ਔਰ ਘਰ ਵਾਲੇ ਕੋਈ ਸ਼ੱਕ ਜਤਾਇਆ ਸੀ? ਨਹੀਂ, ਅਜੇ ਨਹੀਂ ਉਹਨਾਂ ਨੇ ਸ਼ੱਕ ਜਤਾਇਆ ਕਿ ਮਤਲਬ ਕੀਤੀ, ਬਟ ਇਹ ਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਵੀ ਇਹ 'ਚ ਹੋਊਗਾ ਦੋਸ਼ੀ ਦੇ ਖਿਲਾਫ਼ ਬਣਦੀ ਕਾਰਵਾਈ। ਕਿੰਨੀ ਉਮਰ ਦੇ ਬੰਦੇ? ਕਰੀਬ 60 ਸਾਲ।